मोमन खान ने सिखां दे उत्ते बड़ी भाजी पाई। उन्हें सिखां नूं लभ लभ के शिकारी कुत्तियां वांग उह शिकार ते चढ़दा है, जिथे किते सिख दसदा सिर ला के लै जांदा। सत संगत अज उहदा सिर लै के आउण वास्ते कौम दे सरदार ने बंगार पाई है, सदा दित्ता है। ते आपां जिस विहड़े विच बैठे हैं बहुत ही सत्कारयोग बाबा अगड़ सिंह साहब, इन्हां दी सेवा ਇਹ ਮੋਮਨ ਖਾਨ ਦਾ ਸਿਰ ਵੱਢ ਕੇ ਲੈ ਕੇ ਆਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਉਹਨਾਂ ਦੀ ਕਿਸਮਤ ਵਿੱਚ ਲਿਖੀ ਹੁੰਦੀ ਹੈ। ਅੱਜ ਆਪਾਂ ਉਹਨਾਂ ਦੇ ਪਾਵਨ ਘਰ ਵਿੱਚ ਬੈਠੇ ਹਾਂ, ਉਹਨਾਂ ਦੇ ਮਹਾਨ ਕੁਰਬਾਨੀ ਦਾ ਮੈਂ ਝਲਕਾਰਾ ਆਪ ਜੀ ਦੀ ਸੇਵਾ ਦੇ ਵਿੱਚ ਦੇਣ ਲੱਗਾ। ਕਿਰਪਾ ਕਰਕੇ ਇਹਨਾਂ ਅੱਖਰਾਂ ਨੂੰ ਮਨ ਵਿੱਚ ਜਗ੍ਹਾ ਦੇਣੀ, ਸਮਾਂ ਬੜਾ ਸੀਮਿਤ ਹੈ ਕਿਉਂਕਿ ਸਵੇਰ ਤੋਂ ਲੈ ਕੇ ਦੀਵਾਨ ਚੱਲ ਰਿਹਾ, ਸੰਗਤ ਦਾ ਸੁਣਨ ਦਾ ਜਿਹੜਾ ਮਾਦਾ ਹੁੰਦਾ ਨਾ ਬਹੁਤ ਜ਼ਿਆਦਾ 3-4 ਘੰਟੇ ਤੱਕ ਹੁੰਦਾ, ਪਰ ਸਵੇਰ ਤੋਂ ਲੈ ਕੇ ਦੀਵਾਨ ਚੱਲ ਰਿਹਾ। ਤੁਸੀਂ ਫਿਰ ਵੀ ਜਿੰਨੇ ਬੈਠੇ ਹੋ ਨਾ ਸਾਡੇ ਵਾਸਤੇ ਬੜੇ ਬੈਠੇ ਹੋ, ਬਹੁਤ ਸੰਗਤ ਹੈ, ਸੰਗਤ ਰੱਬ ਦਾ ਰੂਪ ਹੁੰਦੀ ਹੈ। ਤੁਸੀਂ ਇਕਾਗਰ ਚਿੱਤ ਹੋ ਕੇ ਸੁਣ ਰਹੇ ਹੋ। ਮੈਂ ਆਪ ਜੀ ਦਾ ਕਰਜ਼ਦਾਰ ਹੈ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਤੁਹਾਡੇ ਨਾਲ ਦਾਤਾ ਜੀ ਗੁਰਮਤ ਦੀਆਂ ਮੁਹੱਬਤਾਂ ਸਵਾਮੀ ਜੀ ਇਸੇ ਤਰ੍ਹਾਂ ਬਣਾਈ ਰੱਖਣ। ਲਾਹੌਰ ਦਾ ਨਾਇਬ ਸੂਬੇਦਾਰ, ਨਾਇਬ ਸੂਬੇਦਾਰ ਦਾ ਮਤਲਬ ਹੈ ਡਿਪਟੀ ਸੀਐਮ। ਡਿਪਟੀ ਸੀਐਮ ਉਦੋਂ ਬੋਲੀ ਹੋਰ ਸੀ ਅਤੇ ਅੱਜ ਬੋਲੀ ਹੋਰ ਹੈ। ਉਦੋਂ ਕਹਿੰਦੇ ਹੁੰਦੇ ਸੀ ਸੂਬੇਦਾਰ, ਅੱਜ ਕੱਲ੍ਹ ਕਹਿੰਦੇ ਮੁੱਖ ਮੰਤਰੀ। ਉਦੋਂ ਕਹਿੰਦੇ ਸੀ ਕੋਤਵਾਲ, ਅੱਜ ਕੱਲ੍ਹ ਕਹਿੰਦੇ ਥਾਣੇਦਾਰ। ਉਦੋਂ ਕਹਿੰਦੇ ਸੀ ਕੋਤਵਾਲੀ, ਅੱਜ ਕੱਲ੍ਹ ਕਹਿੰਦੇ ਥਾਣਾ। ਉਸ ਟਾਈਮ ਕਿਹਾ ਜਾਂਦਾ ਸੀ ਚੌਧਰੀ ਅਤੇ ਅੱਜ ਕੱਲ੍ਹ ਕਿਹਾ ਜਾਂਦਾ ਹੈ ਪਿੰਡ ਦਾ ਸਰਪੰਚ। ਇਲਾਕੇ ਭਰਦੇ ਸਾਰੇ ਚੌਧਰੀ, ਉਹਦੇ ਮੁੱਲ ਖਰੀਦੇ ਆ। ਅਤੇ ਇਹ ਜਲਾਦ ਵਰਤੀ ਦਾ ਬੰਦਾ ਆਪਣੇ ਮਗਰ ਹੱਥ ਧੋ ਕੇ ਸਿੱਖਾਂ ਦੇ ਮਗਰ ਪਿਆ ਹੋਇਆ। ਬਾਬਾ ਅਗੜ ਸਿੰਘ ਸਾਹਿਬ ਦੇ ਉੱਤੇ ਬੜੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਆਪ ਜੀ ਨੇ ਨਾਮ ਸੁਣਿਆ ਹੋਵੇਗਾ ਬਾਬਾ ਲੱਖੀ ਸ਼ਾਹ ਬਣਜਾਰਾ ਜੀ ਦਾ। ਬਾਬਾ ਲੱਖੀ ਸ਼ਾਹ ਬਣਜਾਰੇ ਦੇ 7 ਪੁੱਤਰ ਸਨ ਅਤੇ ਇੱਕ ਲੜਕੀ ਸੀ। ਜਿਹੜੀ ਲੜਕੀ ਸੀ ਉਹ ਵੱਡੀ ਸੀ ਅਤੇ 7 ਪੁੱਤਰ ਜਿਹੜੇ ਸਨ ਉਹ ਆਪਣੀ ਭੈਣ ਤੋਂ ਛੋਟੇ ਸਨ। ਜਿਹੜੀ ਲੜਕੀ ਸੀ ਉਹਦਾ ਨਾਂ ਸੀ ਬੀਬੀ ਸੀਤੋ ਬਾਈ। ਅੰਮ੍ਰਿਤ ਛੱਕੇ ਬਾਅਦ ਵਿੱਚੋਂ ਬਸੰਤ ਕੌਰ ਬਣੀ। ਜਿਹੜੀ ਬਸੰਤ ਕੌਰ ਹੈ ਉਹਦਾ ਵਿਚੋਲਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਮਹਾਰਾਜ ਜੀ ਸਨ। ਬੀਬੀ ਸੀਤੋ ਬਾਈ ਦੀ ਵਿਚੋਲਗੀ ਕਰਨ ਵਾਲੇ ਆਨੰਦ ਕਾਰਜ ਮੌਕੇ ਜਿਹੜੇ ਵਿਚੋਲੇ ਬਣੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਬਣੇ। ਕੀਰਤਪੁਰ ਸਾਹਿਬ ਦੀ ਧਰਤੀ 'ਤੇ 1659 ਦੇ ਵਿੱਚ ਕੁੜਮਾਈ ਹੁੰਦੀ ਹੈ ਅਤੇ ਜਿਸ ਨਾਲ ਕੁੜਮਾਈ ਹੁੰਦੀ ਉਹ 15 ਸਾਲ ਦਾ, ਉਹਦਾ ਨਾਮ ਹੈ ਭਾਈ ਮਣੀ ਰਾਮ। ਅਤੇ ਭਾਈ ਮਣੀ ਰਾਮ ਨੂੰ ਸਾਡੀ ਕੌਮ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਮਣੀ ਸਿੰਘ ਸਾਹਿਬ ਦੇ ਨਾਮ ਨਾਲ ਜਾਣਦੀ ਹੈ। ਭਾਈ ਮਣੀ ਸਿੰਘ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ। ਇਹ ਭਾਈ ਸਾਹਿਬ ਭਾਈ ਲੱਖੀ ਸ਼ਾਹ ਬਣਜਾਰੇ ਦੇ ਜਵਾਈ ਸਨ। ਬਾਬਾ ਲੱਖੀ ਸ਼ਾਹ ਬਣਜਾਰੇ ਦੀ ਵੱਡੀ ਬੇਟੀ ਬੀਬੀ ਸੀਤੋ ਬਾਈ ਅਤੇ ਉਹਦਾ ਉੱਤੋਂ ਛੋਟਾ ਭਰਾ, ਉਹਦਾ ਨਾਮ ਹੈ ਭਾਈ ਨਗਾਈਆ ਸਿੰਘ। ਭਾਈ ਨਗਾਈਆ ਸਿੰਘ ਦੀ ਘਰਵਾਲੀ ਦਾ ਨਾਮ ਹੈ ਬੀਬੀ ਪਾਰਾ ਦੇਵੀ। ਬੀਬੀ ਪਾਰਾ ਦੇਵੀ ਨੂੰ ਇਤਿਹਾਸ ਵਿੱਚ ਬੀਬੀ ਕੰਮੋਂ ਵੀ ਲਿਖਿਆ। ਬੀਬੀ ਪਾਰਾ ਦੇਵੀ ਦੇ ਘਰ 6 ਪੁੱਤਰਾਂ ਦੇ ਨਾਮ ਇਤਿਹਾਸ ਵਿੱਚ ਮਿਲਦੇ, ਪਰ ਲਿਖਤ ਵਿੱਚ 7 ਪੁੱਤਰ ਆਉਂਦੇ ਹੈ ਕਿ 7 ਪੁੱਤ ਪੈਦਾ ਹੋਏ। ਉਹਨਾਂ 7ਾਂ ਦੇ ਵਿੱਚੋਂ ਜਿਹੜਾ ਸਭ ਤੋਂ ਵਡੇਰਾ ਹੈ ਉਹਦਾ ਨਾਮ ਹੈ ਬਾਬਾ ਅਗੜ ਸਿੰਘ ਸਾਹਿਬ। ਅਤੇ ਬਾਬਾ ਅਗੜ ਸਿੰਘ ਸਾਹਿਬ ਦੇ ਭਰਾ ਦਾ ਨਾਂ ਸੀ ਭਾਈ ਥਰਾਜ ਸਿੰਘ। ਭਾਈ ਥਰਾਜ ਸਿੰਘ ਤੋਂ ਛੋਟਾ ਸੀ ਭਾਈ ਦਰਗਾਹ ਸਿੰਘ। ਭਾਈ ਦਰਗਾਹ ਸਿੰਘ ਤੋਂ ਨਿੱਕਾ ਜਿਹੜਾ ਭਾਈ ਬਖਤ ਸਿੰਘ। ਇਹ ਸਾਰੇ ਜਣੇ ਬਹੁਤ ਕਮਾਲ ਦੇ ਜੀਵਨ ਵਾਲੇ ਆ। ਬਾਬਾ ਅਗੜ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੀ ਘਰਵਾਲੀ ਦਾ ਭਤੀਜਾ ਲੱਗਦਾ, ਬੀਬੀ ਬਸੰਤ ਕੌਰ ਦਾ ਭਤੀਜਾ ਲੱਗਦਾ। ਗੁਰੂ ਗੁਰੂ ਜਪਣ ਵਾਲਾ ਪਰਿਵਾਰ ਬਾਬੇ ਲੱਖੀ ਸ਼ਾਹ ਬਣਜਾਰੇ ਦੇ ਪਰਿਵਾਰ ਦੇ ਵਿੱਚੋਂ ਹੈ। ਬਾਬਾ ਲੱਖੀ ਸ਼ਾਹ ਬਣਜਾਰੇ ਦਾ ਪੋਤਰਾ ਹੈ। ਬਾਬੇ ਅਗੜ ਸਿੰਘ ਨੇ ਜਦੋਂ ਸੁਣਿਆ ਕਿ ਕੋਈ ਸਿੱਖ ਉੱਠੇ ਜਿਹੜਾ ਸਿਰ ਲਾ ਕੇ ਲੈ ਕੇ ਆਵੇ, ਤਾਂ ਉਸ ਟਾਈਮ ਬਲੀ ਬਹਾਦਰ ਦੇ ਦੌਲੇ ਫਰਕੇ, ਉਹ ਕਹਿਣ ਲੱਗੇ ਵੀ ਪੰਥ ਇਹ ਸੇਵਾ ਮੈਨੂੰ ਬਖਸ਼ਿਸ਼ ਕਰੇ। ਲਓ ਜੀ, ਖਾਲਸਾ ਪੰਥ ਨੇ ਜਕਾਰੇ ਲਾਏ, ਪੰਡਾਲ ਗੂੰਜਣ ਲੱਗ ਪਿਆ। ਸੰਗਤ ਨੇ ਬਾਬਾ ਅਗੜ ਸਿੰਘ ਦੀ ਕਾਮਯਾਬੀ ਵਾਸਤੇ ਅਰਦਾਸ ਕੀਤੀ। ਕੌਮ ਦੇ ਸਰਦਾਰ ਸਾਰੇ ਕੰਮ ਹੱਥੀ ਜਿਹੜਾ ਭੱਜ ਭੱਜ ਕਰਦਾ, ਮਿੱਠੀ ਬੋਲੀ ਬੋਲਦਾ ਜੋ ਕਿਸੇ ਨਾਲ ਨਹੀਂ ਲੜਦਾ, ਜੀ ਸਾਰੇ ਕੰਮ ਹੱਥੀ ਜਿਹੜਾ ਭੱਜ ਭੱਜ ਕਰਦਾ, ਮਿੱਠੀ ਬੋਲੀ ਬੋਲਦਾ ਜੋ ਕਿਸੇ ਨਾਲ ਨਹੀਂ ਲੜਦਾ, ਭੁੱਲਾ ਜੀ ਇਬਾਦਤ ਹੈ ਜਿਸ ਦੇ, ਭੁੱਲਾ ਜੀ ਇਬਾਦਤ ਹੈ ਜਿਸ ਦੇ, ਸੁਣਿਆ ਉਹ ਚੰਗਾ ਇਨਸਾਨ, ਅੱਲਾ ਨੇ ਹੈ ਨੌਕਰ ਜੋ ਕੱਲਿਆ, ਥਾਪ ਦੇਵੋ ਉਹਨੂੰ ਰੱਥਵਾਨ, ਅੱਲਾ ਨੇ ਹੈ ਨੌਕਰ ਜੋ ਕੱਲਿਆ, ਥਾਪ ਦੇਵੋ ਉਹਨੂੰ ਮੇਰਾ ਰੱਥਵਾਨ।
बड़ा फुरतीला जा पुत के सुनखा सोना शैल देश भी लाया सारिया दा यार ओ बड़ा फरतीला जो सारिया दा यार ओ बड़ा फरतीला जो पुज के सुनखा सोना शैल दिश भी लायो अखा विच ओस दे है मस्ती अखा विच ओस दे है मस्ती जा बताओ मेनू भगवान अल्लाह ने है नौकरी जो कल्या थाप दे वो नू मेरा रथवान मेरे उत्ते पै गया ओनू नाल रखना दिल मेरे पै गया ओदे नाल हुंदिया विगणना ओदे नाल हुंदिया कोई विगणना ना ही कोई होना नुकसान अल्लाह ने है नौकर जो कलिया थाप दे ओनू मेरा रथवान सुख मेरे आंदा है ओनू मिल मन विच सुख मेरे आंदा है दिन रात नाल रहे दिल मेरा चाहुंदा है ओनू मिल मन विच सुख मेरे आंदा है दिन रात रहे दिल मेरा यह चाहुंदा है दिल मेरा चाहुंदा है करता है गल्ला बहुत चंगिया करता है गल्ला बहुत चंगिया वड्डा विद्वान अल्लाह ने है नौकरी जो कलिया थाप दे वो नू मेरा रथवान लोट आ गया कम लो
ਸੋਮਨ ਨੇ ਅਗੜ ਨੂੰ ਨਾਲ ਰੱਖ ਵਾਲਿਆ ਨਾਲ ਰੱਖ ਵਾਲਿਆ ਰੱਖਵਾਲਿਆ ਮੋਮਨ ਨੇ ਆਪਣੇ ਕਢਾਉਣੀ ਉਹਦੀ ਜਾਨ ਤੇ ਰੱਬ ਨੇ ਕਢਾਉਣੀ ਉਹਦੀ ਜਾਨ ਕਹੇ ਕੰਮ ਲੋਟਿਆ ਗਿਆ ਮੋਮਨ ਨੇ ਅੱਕੜ ਨੂੰ ਨਾਲ ਰੱਖਵਾ ਲਿਆ ਸਰੂਪ ਕੜਿਆਣਾ ਕਹੇ ਕੰਮ ਲੋਟਿਆ ਗਿਆ ਮੋਮਨ ਨੇ ਅੱਕੜ ਨੂੰ ਨਾਲ ਰੱਖਵਾ ਲਿਆ ਮੁਗਲਾਂ ਦੇ ਸਿਰ ਕਾਲ ਕੂਕਦਾ ਮੁਗਲ ਦੇ ਸਿਰ ਕਾਲ ਕੂਕਦਾ ਰੱਬ ਨੇ ਕਢਾਉਣੀ ਉਹਦੀ ਜਾਨ ਅੱਲਾ ਨੇ ਹੈ ਨੌਕਰ ਜੋ ਕੱਲਿਆ ਆਪ ਦੇਵ ਉਹਨੂੰ ਮੇਰਾ ਰਥਵਾਨ ਅੱਲਾ ਨੇ ਹੈ ਨੌਕਰ ਜੋ ਕੱਲਿਆ ਥਾਪ ਦੇਵ ਉਹਨੂੰ ਮੇਰਾ ਰਥਵਾਨ ਓਹੋ ਸਤਿਕਾਰਯੋਗ ਸਾਧ ਸੰਗਤ